ਹਾਂਜੀ ਕੀ ਹਾਲ ਜੀ ਆ ਬੈਠੇ ਆਪਣੇ ਬਾਈ ਸਾਰੇ ਇਹ ਨਾਲ ਹੀ ਆਪਣੇ ਪਟਿਆਲੇ ਤੋਂ ਗੁਰਦਾਸਪੁਰ ਤੋਂ ਬਾਈ ਨਕੋਦਰ ਤੋਂ ਅਤੇ ਆਹ ਆਪਣਾ ਰੈਸਟੋਰੈਂਟ ਆ ਜਿੱਥੇ ਆਪਾਂ ਬੈਠੇ ਹੈਗੇ ਹਾਂ ਅਤੇ ਇਹ ਬਹੁਤ ਚੰਗੇ ਬੰਦੇ ਆ ਅਤੇ ਪੂਰੀ ਹੈਲਪ ਕਰ ਰਹੇ ਇੱਕ ਆਪਾਂ ਬਾਈ ਬੈਠਾ ਆਪਣਾ ਦੇ ਨੇ ਕੋਵਿਡ ਦੀ ਰਿਪੋਰਟ ਕਰਵਾਉਣੀ ਸੀ 24 ਤਰੀਕ ਦੀ ਜਿਹੜੀ ਫਲਾਈਟ ਹੈਗੀ ਆ ਅਤੇ ਉਹ ਮੈਡਮ ਨੇ ਪੂਰੀ ਆਪਣੀ ਮਦਦ ਕੀਤੀ ਆ ਅਤੇ ਬਾਕੀ ਉਹ ਕਹਿੰਦੀ ਮੈਂ ਕਾਲ ਕਰਕੇ ਪੁੱਛਦੇ ਨੇ ਤੁਹਾਨੂੰ ਅਤੇ ਆਹ ਇੱਧਰ ਇਹਨਾਂ ਦਾ ਜਗਾੜਮੈਂਟ ਹੈਗਾ ਬਾਈਆਂ ਨੇ ਬਣਾਇਆ ਹੈਗਾ ਠੀਕ ਹੈ ਜੀ ਅਤੇ ਬਾਈ ਦੀ ਜਿਹੜੀ ਨੈਕਸਟ ਕੰਟਰੀ ਆ ਉਹ ਸਰਬੀਆ ਹੈਗੀ ਉਹਦਾ ਸਰਬੀਆ ਦਾ ਟੂਰ ਹੈਗਾ ਅਤੇ ਬਾਕੀ ਦੇਖਦੇ ਆਪਾਂ ਕੀ ਕਾਰਵਾਈ ਦੇ ਬਣਾਇਆ ਇਹਨਾਂ ਜਗਾੜਮੈਂਟ ਬਹੁਤ ਜ਼ਬਰਦਸਤ ਬਣਾਇਆ ਹੈਗਾ ਇਹ ਪੂਰੀ ਗੱਲਬਾਤ ਐਂਡ ਬਣਾਈ ਹੈਗੀ ਆ ਇੱਧਰ ਸਾਰਾ ਜਗਾੜਮੈਂਟ ਬਣਾਇਆ ਹੈਗਾ ਬਹਿਣ ਵਾਸਤੇ ਬਣਾਇਆ ਹੈਗਾ ਅਤੇ ਇੱਕ ਵਾਰੀ ਜ਼ਰੂਰ ਵਿਜਿਟ ਕਰਿਓ ਇੱਥੇ ਹੋਟਲ ਦਾ ਨਾਂ ਹੈਗਾ ਹੋਟਲ ਵੇਰਾ ਅਤੇ ਆਹ ਦੇਖੋ ਜਗਾੜਮੈਂਟ ਸਿਸਟਮ ਬਹੁਤ ਵਧੀਆ ਬਣਾਇਆ ਇਹਨਾਂ ਨੇ ਅਤੇ ਬਹਿਣ ਵਾਸਤੇ ਬਹੁਤ ਵਧੀਆ ਜਗਾੜਮੈਂਟ ਹੈਗਾ ਇੱਧਰ ਦੇਖੋ ਇਹ ਇੱਧਰ ਵੀ ਰੂਮ ਬਣਾਏ ਹੈਗੇ ਅਤੇ ਹੋਟਲ ਵਾਲੀ ਤਾਂ ਗੱਲਬਾਤ ਕਿਹਾ ਇਹਨਾਂ ਨੇ ਐਂਡ ਕਰਾਈ ਪਈ ਹੈ ਅਤੇ ਇਹ ਬਾਈ ਹੁਣੀ ਮੈਨੂੰ ਮਿਲਣਾ ਹੈ ਕਿ ਕਿਉਂਕਿ ਮੈਂ ਇਸ ਹੋਟਲ ਦੇ ਵਿੱਚ ਰੁਕਿਆ ਹਾਂ ਫੈਮਲੀ ਆਪਣੀ ਨਾ ਅਤੇ ਬਹੁਤ ਹੀ ਵਧੀਆ ਅਤੇ ਬਹੁਤ ਹੀ ਲਾਜਵਾਬ ਚੀਜ਼ ਬਣਾਈ ਹੋਈ ਦੇਖੋ ਇੱਥੇ ਜਿੱਦਾਂ ਮਰਜ਼ੀ ਬੈਠ ਕੇ ਚਿੱਲ ਮਾਰੋ ਠੀਕ ਹੈ ਜੀ ਇੱਧਰ ਦੇਖੋ ਅੰਦਰ ਲਾਈਆਂ ਪਈਆਂ ਭੱਠੀਆਂ ਅਤੇ ਗੱਲਬਾਤ ਹੋਈ ਬਈ ਐਂਡ ਬਾਬੇ ਅਤੇ ਬਹੁਤ ਵਧੀਆ ਸਿਸਟਮ ਮਿਊਜ਼ਿਕ ਪਿਆ ਹੈਗਾ ਕਿਸੇ ਨੇ ਮਿਊਜ਼ਿਕ ਪਲੇਅ ਕਰਨਾ ਹੋਵੇ ਮਿਊਜ਼ਿਕ ਵੀ ਪਲੇਅ ਕਰ ਸਕਦਾ ਹੈਗਾ ਅਤੇ ਆਹ ਇੱਧਰ ਦੇਖੋ ਜਗਾੜਮੈਂਟ ਬਹੁਤ ਜ਼ਬਰਦਸਤ ਚੀਜ਼ ਆ ਬਹੁਤ ਵਧੀਆ ਬਹੁਤ ਬਿਊਟੀਫੁੱਲ ਹੈਗਾ ਅਤੇ ਪੂਰੀ ਮਦਦ ਕਰਦੇ ਆਹ ਤਾਂ ਇਹਨਾਂ ਨੇ ਮੈਨੂੰ ਲੱਗਦਾ ਵੀ ਇਹ ਲਾਈਟਾਂ ਲੁਈਟਾਂ ਲੈ ਜਾਂਗੀਆਂ ਸਕਰੀਨ ਇੱਥੇ ਚੱਲਦਾ ਪੂਰਾ ਮਿਊਜ਼ਿਕ ਚੱਲਦਾ ਫੰਕਸ਼ਨ ਹੁੰਦਾ ਪੂਰਾ ਦੇਖੋ ਅਤੇ ਇੱਕ ਵਾਰੀ ਬਾਈ ਜੀ ਜ਼ਰੂਰ ਵਿਜਿਟ ਕਰਿਓ ਇੱਥੇ ਜਿੰਨੇ ਵੀ ਬੰਦੇ ਇੰਡੀਆ ਤੋਂ ਆਉਂਦੇ ਪੀਟਰਸਬਰਗ ਦੇ ਵਿੱਚ ਹੈਗਾ ਇਹ ਸਿਟੀ ਤੋਂ ਬਾਹਰ ਹੈਗਾ ਨਾਲ ਹੀ ਹੈਗਾ ਅਤੇ ਇੱਧਰ ਲੱਗੇ ਹੋਏ ਇੱਥੇ ਕੌਫੀ ਸਾਰਾ ਕੁਛ ਅਵੇਲੇਬਲ ਹੈਗਾ ਕੌਫੀ ਵੀ ਮਿਲੂਗੀ ਦਾਰੂ ਸਾਰਾ ਕੁਛ ਮਿਲੂਗਾ ਇਹ ਬੰਦੇ ਨੇ ਆਪਣੀ ਪੂਰੀ ਹੈਲਪ ਕੀਤੀ ਆ ਅਤੇ ਇੱਧਰ ਮੈਡਮ ਜੀ ਮੋਹਤਰਮਾ ਲੱਗੀ ਹੋਈ ਆ ਅਤੇ ਆਹ ਦੇਖੋ ਗੱਲਬਾਤ ਹੋਈ ਪਈ ਆ ਪੂਰੀ ਅਤੇ ਹਰ ਇੱਕ ਚੀਜ਼ ਅਵੇਲੇਬਲ ਹੈਗੀ ਅਤੇ ਆਹ ਜਿਹੜੀ ਮੈਡਮ ਹੈਗੀ ਸਾਹਮਣੇ ਉਹ ਪੂਰੀ ਸਮਾਈਲ ਕਰਦੀ ਹੈਗੀ ਆ ਅਤੇ ਇਹ ਮੈਡਮ ਨੇ ਆਪਣੀ ਪੂਰੀ ਮਦਦ ਕੀਤੀ ਹੈਗੀ ਆ ਅਤੇ ਇਹ ਮੈਡਮ ਜਿਹੜੇ ਹੈਗੇ ਸਾਹਮਣੇ ਇਹਨਾਂ ਨੇ ਬਣਾਇਆ ਸਾਰਾ ਜਗਾੜਮੈਂਟ ਅਤੇ ਇਹਨਾਂ ਨੇ ਆਪਣੀਆਂ ਕਰੋਨਾ ਰਿਪੋਰਟ ਕਰਵਾ ਕੇ ਦਿੱਤੀਆਂ ਹੈਗੀਆਂ ਇੱਧਰ ਬਾਈ ਹੋਣੀ ਲੱਗੇ ਹੋਏ ਇੱਧਰ ਬਾਹਰ ਦਾ ਮਾਹੌਲ ਆ ਅੱਜ ਬਾਰਿਸ਼ ਹੋਈ ਆ ਥੋੜ੍ਹੀ ਜੀ ਅਤੇ ਬਾਰਿਸ਼ ਹੋਈ ਆ ਤਾਂ ਮੌਸਮ ਠੰਡਾ ਸੀਗਾ ਅਤੇ ਇੱਥੇ ਬੈਠੇ ਸੀਗੇ ਆਨੰਦ ਮਾਣ ਰਹੇ ਸੀਗੇ ਬਾਈ ਹੋਣੀ ਵੀ ਬੈਠੇ ਆ ਸਾਰੇ ਅਤੇ ਬਾਈ ਹੁਣੀ ਚੱਲਿਆ ਹੁਣ ਬਾਹਰ ਘੁੰਮਣ ਫਿਰਨ ਬਾਈ ਕਿੱਥੇ ਚੱਲੇ ਹੋ ਤੁਸੀਂ ਇੱਥੇ ਰੱਖ ਤੁਸੀਂ ਵੀ ਬਾਈ ਚੱਲੇ ਅਤੇ ਉਹ ਬਾਹਰ ਪੱਪੂ ਨਾ ਗਿਆ ਪੱਪੂ ਨੂੰ ਪੁੱਛ ਲਓ ਤੁਹਾਨੂੰ ਜਾ ਕੇ ਆਪਾਂ ਵਧੀਆ ਵਧੀਆ ਚੀਜ਼ਾਂ ਵਿਖਾਉਂਦੇ ਆ ਠੀਕ ਹੈ ਚੜ੍ਹ ਕੇ ਆਓ ਵਿਖਾਉਂਦੇ ਆ ਠੀਕ ਆ ਜੀ ਠੀਕ ਆ ਠੀਕ ਆ ਤੇ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਬਹੁਤ ਵਧੀਆ ਗੱਲਬਾਤ ਐਂਡ ਬਣਾਈ ਪਈ ਆ ਤੇ ਉਹ ਜਾਣ ਡਈ ਆ ਜੀਤੋ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਚ